ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਲਈ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਵਧੀਆ ਗੱਲ ਹੈ, ਹੋਣੇ ਵੀ ਚਾਹੀਦੇ ਹੋ। ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਬਣਾਉਣ ਦਾ ਜ਼ਰੂਰ ਦੇਖਿਆ ਕਰੋ ਜੀ। ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ, ਹੁਣੇ ਹੁਣੇ ਆਏ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ। ਠੀਕ ਹੈ ਜੀ, ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਆ ਜਾਓ ਫਿਰ, ਬਣੇ ਰਹੋ ਵੀਡੀਓ ਨੂੰ ਲੈਣ ਤੱਕ। ਲੋ ਭਾਈ ਲਕਸ਼ਮੀ ਵਾਲੇ ਦੇ ਆਏ ਕਹਿੰਦੇ ਹੋਟਲਾਂ ਦਾ ਬਾਹਰ ਛੱਤੀ ਪ੍ਰਕਾਰ ਜਵਾਕਾਂ ਦਾ ਪ੍ਰੋਗਰਾਮ ਆ ਗਿਆ। ਠੀਕ ਹੈ, ਮਿੱਠਾ ਜ਼ਿਆਦਾ ਕੋਈ ਘੱਟ ਮਿੱਠੇ ਵਾਲੇ ਨਹੀਂ, ਜ਼ਿਆਦਾ ਮਿੱਠਾ ਇਹਦੇ ਜੇ। ਮਿੱਠਾ ਕੰਮ ਆ ਕਾਜੂ ਵਾਲਾ ਠੀਕ ਆ, ਉਹਦੇ ਮਿੱਠਾ ਜ਼ਿਆਦਾ ਆ ਗਈ ਬਾਈ। ਆਹ ਸੌਂਫ ਦੇ ਪੈਕਟ ਡੱਬੀਆਂ ਦੇ ਲੈ ਦੋ ਯਾਰ, ਪੈਕਟ ਆਊਗਾ ਇਹ ਪੂਰਾ ਹੀ ਮਿਲੇਗਾ। ਡੱਬੀਆਂ ਕਿਹੜੀਆਂ ਦਿਖਾਇਓ, ਇਹ ਕਿੰਨੇ ਦੀਆਂ ਨੇ ਡੱਬੀ ਬਤਾਣਾ, ਕਿੰਨੇ ਕਿੰਨੇ ਦੀ? ਇਹ 120 ਤੋਂ 40 ਦੀ ਜਿਹੜੀ ਨਾਲ ਫਰੋਗੀ। ਠੀਕ ਹੈ, ਸੇਮ ਆ 120 ਡਬਲ ਡਬਲ ਨੇ ਨਾ, ਉਹ ਲੈ ਲੈ ਫਿਰ। ਉਹ ਨਾ ਠੀਕ ਰਹਿੰਦੀ ਆ, ਆਹ ਗ੍ਰੀਨ ਜੀ ਯਾਰ, ਆ ਦੋਨੇ ਠੀਕ ਰਹਿੰਦੀ ਆ। ਭਾਰ ਚੱਕਿਆ
ਉਹ ਇਹ ਤਾਂ ਇਹਦੇ ਨਹੀਂ ਦੂਆ ਬੈਠ ਹੀ ਜਾਂਦਾ ਲੱਸੀ ਵਾਲਾ ਕਿਲੋ ਵਾਲਾ ਦੂਆ ਵਿਕਣੇ ਦੀ ਆ ਮਕੈਨੋ ਵਾਲਾ ਉਹਦੇ ਵਾਲਾ ਇਹ ਨਹੀਂ ਠੀਕ ਰਹਿੰਦਾ ਲੈ ਭਾਈ ਬਾਈਆਂ ਦੇ ਚੌਂਕ 'ਤੇ ਆਏ ਸੀ ਆਪਾਂ ਲਕਸ਼ਮੀ ਵਾਲੇ ਦੇ ਸਮਾਨ ਲੈਂਦੇ ਇਹਨਾਂ ਤੋਂ ਕਹਿੰਦੇ ਖਾਣ ਪੀਣ ਦਾ ਕਿਹੜੀ ਲੈਣੀ ਆ ਆਲਾ ਜਿਆਦਾ ਖੱਟ ਮਿੱਠੀ ਜਾਂਦੀ ਆ ਆ ਵਾਲੀ ਨਾ ਟੇਸਟ ਮੇਥੇ ਲੰਬੇ ਹੁੰਦੇ ਨੇ ਉਹਦੇ ਵੀ ਨੇ ਆ ਸਮਾਨ ਨੇ ਪੈਕਟ ਵੀ ਪਿਆ ਕਰਾ ਲੈਗਾ ਚੁੰਠੀ ਯਾਦ ਕੈਂਡੀ ਦਾ ਵੀ ਹੋਵੇਗਾ ਨਾ ਮੈਡਮ ਜੋੜ ਪਏਗਾ ਥੋੜੀ ਕਲਰ ਲਈ ਜਾਣਾ ਜੋ
ਲਾਈਟ ਹੀ ਠੀਕ ਹੈ। ਪਤਾ ਕਿ ਜ਼ਿਆਦਾ ਲਾਈਟ ਹੁੰਦੀ ਹੈ ਫਿਰ ਉਹ ਠੀਕ ਹੈ। ਉਹ ਜਿਹੜਾ ਤੁਸੀਂ ਹੱਥ ਲਾਇਆ ਸੀ ਜਾਏ ਜਾਂ ਉਸ ਤੋਂ ਨੈਕਸਟ ਵਾਲਾ ਮੇਰੇ ਕੰਟੈਕਟ ਨਾਲ ਹੀ ਕਰਤੀ ਹੈ ਸੈਕਿੰਡ ਪਹਿਲਾਂ ਨਾ ਲਾਸਟ ਫਿਰ ਆਈ ਠੀਕ ਹੈ। ਮਾਲ ਪਿਆ ਹੋਏਗਾ ਨਾ ਕੋਲ ਫਿਰ ਸੋਨਾ ਚਾਹੁੰਦਾ ਮੈਂ ਅੱਗੇ ਮਹਿੰਗਾ ਕਿਰਾਏ ਠੀਕ ਹੈ ਠੀਕ ਹੈ ਵੀਰੋ ਹੁਣ ਤਾਂ ਨਹੀਂ ਕੋਈ ਆਵੇਗਾ ਡੱਬੂ ਨਹੀਂ ਦੱਬ ਤਾਂ ਨਹੀਂ ਭਾਅ ਜੀ ਦੇਖੋ ਵਨ ਟਾਈਮ ਰਿਪਲੇਸਮੈਂਟ ਹੈ ਅਤੇ ਮੇਰੇ ਵੱਲੋਂ ਪੂਰੀ ਤੁਹਾਨੂੰ 100% ਰਿਪਲੇਸ ਕਰਕੇ ਦੇ ਰਹੇ ਹਾਂ। ਬਾਕੀ ਜੇ ਮੇਰੀ ਗੱਲ ਮੰਨੋ ਤਾਂ ਤੁਸੀਂ ਆ ਲੈ ਲਓ ਮੰਨ ਲਓ ਇਹਦੀ ਜ਼ਿਆਦਾ ਲਾਈਟ ਹੋ ਜਾਏਗੀ ਨਾ ਫਿਰ ਲਾਈਟ ਹੈ ਫਿਰ ਡਾਰਕ ਹੋ ਜਾਂਦਾ ਫਿਰ ਇਸੇ ਹਾਂਜੀ ਇਹ ਵੀ ਕਹਿ ਰਹੀ ਸੀ ਮੈਂ ਆ ਦੇਖੋ ਇਹ ਕਿਹੜੀ ਸੇਮ ਹੀ ਹੈ ਕਿਹੜਾ ਉਹ ਕ੍ਰੋਸ ਹੈ ਹਾਂ ਸੇਮ ਥਾਂ ਤਾਂ ਬਦਲ ਗਿਆ ਵੀਰੇ ਕਰਦਾ ਐਸੀ ਵੀ ਗੱਲ ਨਹੀਂ ਕੋਈ ਐਸੀ ਪ੍ਰੋਬਲਮ ਆ ਲੈ ਲਓ ਹੋਰ ਆਹ ਪਿੰਕਿਸ਼ ਇਹ ਵੀ ਨਾਈਸ ਹੈ ਕਲਰ ਦਾ ਹੋਰ ਕੋਈ ਕਲਰ ਲੈ ਲਓ ਭਾਈ ਇਹਨੂੰ ਛੱਡ ਦਿਓ ਆਹ ਲਾਈਟ ਕਲਰ ਲਓ ਸਮਰ ਚਾਟ ਸਾਰਾ ਹੈ ਫਿਰ ਬਣਨਾ ਹੋਇਆ ਸਮਰ ਸ਼ੇਡ ਇਹ ਕਿਹੜੀ ਕੰਪਨੀ ਕਿਹੜੀ ਤੁਸੀਂ ਰਹਿੰਦੇ ਹੋ ਕੀ ਕੰਪਨੀ ਦਾ ਨਾਮ ਨਹੀਂ ਉਹ ਫੁੱਲ ਵਾਲਾ ਮਿਲ ਗਿਆ ਫੁੱਲ ਵਾਲਾ ਲਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਅਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ ਹੁਣੇ ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਦਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਅਤੇ ਕਰਦੇ ਭਾਅ ਜੀ ਦੇ ਵਲੋਗ ਦੀ ਇੱਥੇ ਐਂਡ ਜੀ ਸ਼ੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਹੀਂ ਹੱਸਦੇ ਵੱਜਦੇ ਰਹੋ ਰੱਬ ਤਰੱਕੀਆਂ ਦੇ ਤੁਹਾਨੂੰ ਸ਼ੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਜੀ।